अगर अभी तक आपने मेरा YouTube चैनल कुलियाते अनवर मसूद सब्सक्राइब नहीं किया तो अभी सब्सक्राइब कीजिए और शेयर कीजिए। नज्म का नाम है रिक्शे वाला। समझो लाहौर शहर है ते रिक्शे वाले दा ना है छीमा ते ओ रात जूं के लिहाजा ओ कल्ला नहीं चलांदा। ओ अपने एक दोस्त ओदा ना है मीरा बख्श ओनू भी नाल बा लैंदा ते सवारी आ गई है ते फिर ओ सवारी नू कहंदा जी रखो जी छीमा कहते रखो जी अटैची केस चलिए जी बाबू जी केड़े पास जाओगे बदामी बाग जाना जे पिंडी वालों आए हो उत्थे दी सुनाओ कोई इत्थे दी ना पूछिया जे लाहौर विच परसों दी अग पई वसती बंदियां गर्मी ते बंदियां दी धूड़ पई पट दी सवारी कहंदी है बंद गर्मी ते जाट देवी वाट कड सट दी छीमा कहते बाऊ जी मैं गल करा बुरा ना मनाया जे रब खोरे साडे उत्ते किन्ना कु नाराज है जामनू मी तुर पे जे मी नहीं वसिया कोई ना तरौंका लगा चौं गईयां मुंजियां पानी नू उड़ीक दियां सौं गईयां मुंजियां। सवारी कहंदी असा भी हाँ कलंदरां ने असा भी कलंदरां ने कोटियां ते पीतियां जियां जियां कीतियां ते तईयां तईयां बीतियां। छीमा कहंदे केड़ी केड़ी फोलीए ते केड़ी ना फरोलीए कौडियां तो खोटियां जे नोटां दियां थदियां चीजां नूं ते इंजे में अग लग गई है बंदियां नूं रब जाने कई वक्की ਬੰਦਿਆਂ ਨੂੰ ਰੱਬ ਜਾਣੇ ਕਈ ਵਗ ਗਈ ਪਈ ਬੰਦਿਆਂ ਨੂੰ ਰੱਬ ਜਾਣੇ ਕਈ ਵਗ ਗਈ ਹੈ ਜਿਹੜਾ ਕਿਹੜਾ ਬੋਲਦਾ ਹੈ ਵੱਖੀ ਕਿਸੇ ਨੂੰ ਵੀ ਕਿਸੇ ਦਾ ਨਾ ਜਿਹੜਾ ਕਿਹੜਾ ਬੋਲਦਾ ਹੈ ਵੱਖੀ ਹੀ ਬੋਲਦਾ ਹੈ ਕਿਸੇ ਨੂੰ ਵੀ ਕਿਸੇ ਦਾ ਨਾ ਦੀਦ ਨਾ ਲਿਹਾਜ਼ ਹੈ। ਉਹ ਕਹਿੰਦਾ ਜਿਵੇਂ ਕਿਵੇਂ ਟੱਪਦੇ ਜੇ ਸਵਾਰੀ ਕਹਿੰਦੀ ਜਿਵੇਂ ਕਿਵੇਂ ਟੱਪਦੇ ਜੇ ਡਾਂਗੇ ਟੱਪਾਈ ਜਾਓ ਵੇਲੇ ਦਾ ਇਹ ਮੋਹਰਾ ਜਿਵੇਂ ਲੰਘਦਾ ਲੰਘਾਈ ਜਾਓ। ਮੀਰਾ ਬਖਸ਼ ਕਹਿੰਦਾ ਗੰਡਿਆਂ ਦੇ ਇਸੇ ਦੀਆਂ ਜੁੱਤੀਆਂ ਹੀ ਖਾਈ ਜਾਓ। ਛੀਵਾਂ ਕਹਿੰਦਾ ਸੁਣੀਆਂ ਜੇ ਬਾਬੂ ਜੀ ਯਾਰ ਤੀਆਂ ਬੋਲੀਆਂ ਅੱਜ ਤੇ ਡਰਾਈਵਰਾਂ ਨੂੰ ਪੁੱਛਦਾ ਵੀ ਕੋਈ ਨਹੀਂ ਕਦੀ ਤੇ ਜਵਾਈਆਂ ਨਾਲ ਵੱਧ ਸਨ ਇੱਜ਼ਤ ਇਹ ਖੱਬੇ ਪਾਸੇ ਟਾਂਗਿਆਂ ਦੇ ਨਾਲ ਵਕਤ ਜ਼ਰਾ ਵੇਖਣਾ ਬਾਬੂ ਜੀ ਓਮਣੀ ਦਾ ਹਾਲ ਜ਼ਰਾ ਵੇਖਿਆ ਹਾਂਜੀ ਬੱਸ ਵਿੱਚ ਬੰਦੇ ਬਾਬੂ ਜੀ ਇਹ ਓਮਣੀ ਦਾ ਹਾਲ ਜ਼ਰਾ ਵੇਖਣਾ ਬੱਸ ਵਿੱਚ ਬੰਦੇ ਜਿਵੇਂ ਕੁਝ ਵਿੱਚ ਜਾਮ ਨੂੰ ਸਵਾਰੀ ਕਹਿੰਦੀ ਸਾਰਿਆਂ ਸਵਾਰਾਂ ਦਾ ਪਸੀਨਾ ਪਿਆ ਵਗਦਾ। ਮੀਰਾ ਬਾਈ ਕਹਿੰਦਾ ਉਹ ਜਾਮਨਾ ਵਿਚਾਰਿਆਂ ਨੂੰ ਲੂਣ ਪਿਆ ਲੱਗਦਾ ਜਾਮਨਾ ਵਿਚਾਰਿਆਂ ਨੂੰ ਉਹ ਕਹਿੰਦਾ ਬੱਲੇ ਬੱਲੇ ਅੱਜ ਫਿਰ ਮੰਡਵੇ ਤੇ ਭੀੜ ਵਾਲੀ ਆਦ ਮੁੱਕ ਗਈ ਜੇ ਇਹ ਮੀਰਾ ਬਖਸ਼ ਕਹਿੰਦਾ ਉਹਨੂੰ ਛੀਮੇ ਨੂੰ ਵੇਖੀਏ ਚਕੋਰੀ ਛੀਮੇ ਬੱਲੇ ਬੱਲੇ ਅੱਜ ਫਿਰ ਮੰਡਵੇ ਤੇ ਭੀੜ ਵਾਲੀ ਹਾਲਤ ਮੁੱਕ ਗਈ ਹੈ ਵੇਖੀਏ ਚਕੋਰੀ ਛੀਮੇ ਫਿਲਮ ਦਾ ਨਾਂ ਹੈ। ਉਹਦਾ ਮੈਂ ਤੇ ਨਹੀਂ ਵੇਖੀ ਅਜੇ ਗੱਲ ਕਿਸੇ ਕੀਤੀ ਸੀ ਭਈ ਨਵੀਂ ਤਾਜ਼ੀ ਗੱਲ ਤੇ ਚਕੋਰੀ ਵਿੱਚ ਕੋਈ ਨਹੀਂ ਕਹਾਣੀ ਕਹਾਣੀ ਹੈਗੀ ਜੇ ਛਟੋਰੀ ਵਿੱਚ ਕੋਈ ਨਹੀਂ। ਉਹ ਕਹਿੰਦਾ ਛੀਮਾ ਚੁੱਪ ਕਾਹਨੂੰ ਕਰ ਗਿਆ ਕੋਈ ਗੱਲ ਕਰ ਛੀਮਿਆ ਆਂਦਾ ਐਵੇਂ ਚੁੱਪ ਕੀਤਾ ਸਾਂ ਮੈਂ ਖਾਸ ਤੇ ਕੋਈ ਬਾਤ ਨਹੀਂ ਸੀ ਗੱਲ ਸੀ ਚਕੋਰੀ ਦੀ ਤੇ ਚੇਤਾ ਜ਼ਰਾ ਆ ਗਿਆ ਸੀ ਤਵੇ ਉੱਤੇ ਰੋਟੀ ਕਦੀ ਚੌਦਵੀਂ ਦਾ ਚੰਨ ਸੀ ਕਿੱਡਾ ਸੋਹਣਾ ਸਮਾਂ ਸੀ ਉਹ ਵੱਲੋ ਵਾਲੀ ਉਸ ਦਾ ਖਿਆਲ ਮੈਨੂੰ ਆ ਜਾਂਦਾ। ਮੀਰਾ ਬਖਸ਼ ਕਹਿੰਦਾ ਭਾਈ ਜਾਨ ਚੰਨ ਕਦੇ ਗੋਡਾ ਵੀ ਤੇ ਲਾ ਜਾਂਦਾ ਆਂਦਾ ਛੀਮਾ ਆ ਗਿਆ ਜੀ ਬਾਬੂ ਜੀ ਬਦਾਮੀ ਬਾਗ ਆ ਗਿਆ ਹੋਰ ਕੋਈ ਨਵੀਂ ਤਾਜ਼ੀ ਮੀਰਾ ਬਖਸ਼ਾ ਬਾਬੂ ਜੀ ਮੈਂ ਕਿਹੜੇ ਪਾਸੇ ਮੋੜਾ ਰੱਖਾਂ। ਵਾਹ 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 ਬਹੁਤ ਅੱਛਾ।